श्रीकाल जी, पंजाब टुडे देख रहे दर्शकों का एक बार फिर स्वागत है। भावें ये वीकेंड की छुट्टी होवे जां लोंग वेकेशन होवे, अपनी गर्लफ्रेंड नाल कुछ को वधिया समा बिताण दा इकट्ठे यात्रा करन नालों वधिया होर कोई तरीका नहीं है। बिना किसी रुकावट अते कोई जिम्मेवारियां दे बिना तुहाडी सब तो नज़दीकी कुड़ियां यानी कि सखियां नाल एक छुट्टी रीसेट करन, दोबारा जुड़न अते कुछ मौज मस्ती करन दा सही तरीका हो सकता है। इसलिए असी गर्ल्स ट्रिप लई टॉप दियां कुछ इंडियन डेस्टिनेशंस दी एक सूची इकट्ठी कीती है, जिस विच हर एक कोल समूह विच हर किसे लई कुछ ना कुछ है। गॉसिपिंग फॉर आवर्स अबाउट पीपल एंड इंडल्जिंग इन मिसचीफ्स ऑन द बीच और शॉपिंग एट द आइकॉनिक मार्केट्स टिल द लेग्स हर्ट, ऑल दीज आर बेस्ट एंजॉयड ओनली विद अ गर्लफ्रेंड्स। लिस्ट पहला नाम है जी गोवा दा। जेकर तुसी अपने शहर विच गर्ल्स नाइट तो बोर हो ਤਾਂ ਗੋਆ ਤੁਹਾਡੇ ਲਈ ਬੈਸਟ ਆਪਸ਼ਨ ਆਵੇਗਾ। ਆਖਿਰਕਾਰ ਇਹ ਤੁਹਾਡੇ ਸਾਥੀਆਂ ਨਾਲ ਪਾਰਟੀ ਕਰਨ ਲਈ ਦੇਸ਼ ਦਾ ਸਭ ਤੋਂ ਵਧੀਆ ਸਥਾਨ ਹੈ ਅਤੇ ਬੀਚ 'ਤੇ ਉਹਨਾਂ ਨਾਲ ਗਰੁੱਪ ਫਾਇਰ ਤੋਂ ਵਧੀਆ ਕੀ ਹੋ ਸਕਦਾ ਹੈ। ਲਿਸਟ 'ਚ ਅਗਲਾ ਨਾਮ ਹੈ ਜੀ ਮੇਘਾਲਿਆ ਦਾ। ਜੇਕਰ ਤੁਸੀਂ ਆਪਣੀਆਂ ਸਖੀਆਂ ਨਾਲ ਕੁਦਰਤ ਦੀ ਗੋਦ ਵਿੱਚ ਆਰਾਮ ਕਰਨਾ ਚਾਹੁੰਦੇ ਹੋ ਤਾਂ ਮੇਘਾਲਿਆ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਮੇਘਾਲਿਆ ਇੱਕ ਆਲ ਸੀਜ਼ਨ ਟੂਰਿਸਟ ਸਥਾਨ ਹੈ ਜਿੱਥੇ ਗਰਮੀਆਂ ਵਿੱਚ ਬਸੰਤ ਦੇ ਤਿਉਹਾਰਾਂ, ਮੌਨਸੂਨ ਆਪਣੀ ਤੀਬਰ ਹਰਿਆਲੀ ਨਾਲ ਅਤੇ ਸਰਦੀਆਂ ਵਿੱਚ ਧੁੰਦ ਅਤੇ ਘੱਟ ਤਾਪਮਾਨ ਦੇ ਨਾਲ ਤੁਹਾਡਾ ਸਵਾਗਤ ਹੁੰਦਾ ਹੈ। ਤੁਸੀਂ ਜੈਂਤੀਆਂ ਪਹਾੜੀਆਂ ਵਿੱਚ ਨਾਰਤੇਯਾਂਗ ਮੋਨੋਲੀਥੀਅਮ ਸ਼ਾਨਦਾਰ ਕ੍ਰਾਂਗਸੂਰੀ ਝਰਨੇ, ਡਬਲ ਡੈਕਰ ਲਿਵਿੰਗ ਰੂਟ ਬ੍ਰਿਜ, ਕ੍ਰੇਮ ਰੂਪਾਸਰ ਗੁਫਾਵਾਂ ਦਾ ਦੌਰਾ ਕਰ ਸਕਦੇ ਹੋ ਜਾਂ ਜੋ ਵਈ ਦੇ ਖੇਤਰਾਂ ਵਿੱਚ ਹੌਟ ਏਅਰ ਬਲੂਨ ਦਾ ਆਨੰਦ ਲੈ ਸਕਦੇ ਹੋ। ਲਿਸਟ 'ਚ ਅਗਲਾ ਨਾਮ ਹੈ ਜੀ ਡੈਸਟੀਨੇਸ਼ਨ ਰਿਸ਼ੀਕੇਸ਼ ਦਾ। ਜੇ ਕਿਸੇ ਨੇ ਤੁਹਾਨੂੰ ਇਹ ਦੱਸਿਆ ਹੈ ਕਿ ਐਡਵੈਂਚਰਸ ਐਕਟੀਵਿਟੀਜ਼ ਸਿਰਫ ਮਰਦਾਂ ਲਈ ਹੈ ਤਾਂ ਉਹਨਾਂ ਨੂੰ ਗਲਤ ਸਾਬਲ ਕਰਨ ਦਾ ਸਮਾਂ ਆ ਗਿਆ ਹੈ। ਰਿਵਰ ਰਾਫਟਿੰਗ, ਬੰਜੀ ਜੰਪਿੰਗ, ਜਿਪ ਲਾਈਨਿੰਗ, ਰੌਕ ਕਲਾਈਂਬਿੰਗ, ਕਲਿਫ ਜੰਪਿੰਗ, ਜ਼ੋਰਬਿੰਗ, ਰੈਪ ਲਾਈਨਿੰਗ, ਪੈਰਾਗਲਾਈਡਿੰਗ ਅਤੇ ਹੋਰ ਬਹੁਤ ਸਾਰੀਆਂ ਰੋਮਾਂਚਕ ਗਤੀਵਿਧੀਆਂ ਦਾ ਆਨੰਦ ਲੈਣ ਲਈ ਆਪਣੀਆਂ ਕੁੜੀਆਂ ਨਾਲ ਰਿਸ਼ੀਕੇਸ਼ ਵੱਲ ਜਾਓ। ਭਾਰਤ ਵਿੱਚ ਸਭ ਤੋਂ ਉੱਚਾ ਬੰਜੀ ਜੰਪਿੰਗ ਪੁਆਇੰਟ ਵੀ ਰਿਸ਼ੀਕੇਸ਼ ਵਿੱਚ ਹੀ ਹੈ। ਲਿਸਟ 'ਚ ਅਗਲਾ ਨਾਮ ਹੈ ਜੀ ਪੌਂਡੀਚੇਰੀ ਦਾ। ਲੰਬੇ ਸਮੇਂ ਤੋਂ ਆਪਣੀਆਂ ਸਖੀਆਂ ਨਾਲ ਫਰਾਂਸ ਜਾਣ ਦੀ ਯੋਜਨਾ ਬਣਾ ਰਹੇ ਹੋ, ਇਸ ਦੀ ਬਜਾਏ ਵੋਕਲ ਫੋਰ ਲੋਕਲ ਯਾਨੀ ਕਿ ਪੌਂਡੀਚੇਰੀ ਵਿੱਚ ਫ੍ਰੈਂਚ ਕੁਆਟਰ ਨੂੰ ਜਾਇਆ ਜਾਵੇ। ਵਾਰਮ ਪੇਸਟਲ ਰੰਗਾਂ ਦੇ ਅਨੋਖੇ ਘਰ, ਸਾਫ਼ ਸੁਥਰੀ ਗਲੀਆਂ ਅਤੇ ਇੱਥੇ ਦੇ ਖੂਬਸੂਰਤ ਕੈਫੇ ਯਕੀਨੀ ਤੌਰ 'ਤੇ ਤੁਹਾਡਾ ਦਿਲ ਜਿੱਤ ਲੈਣਗੇ। ਤੁਸੀਂ ਆਪਣੀਆਂ ਸੋਸ਼ਲ ਮੀਡੀਆ ਫੀਡਾਂ ਲਈ ਸਭ ਤੋਂ ਵਧੀਆ ਤਸਵੀਰਾਂ ਪ੍ਰਾਪਤ ਕਰਨ ਲਈ ਸੁੰਦਰ ਸੜਕਾਂ 'ਤੇ ਆਪਣੇ ਸਭ ਤੋਂ ਆਧੁਨਿਕ ਪਹਿਰਾਵੇ ਦੇ ਨਾਲ ਪੋਜ਼ ਵੀ ਕਰ ਸਕਦੇ ਹੋ। ਕੀ ਇਹ ਬਹੁਤ ਵਧੀਆ ਨਹੀਂ ਲੱਗਦਾ? ਤੁਸੀਂ ਪ੍ਰੋਮਨੇਡ ਬੀਚ 'ਤੇ ਆਪਣੇ ਦੋਸਤਾਂ ਨਾਲ ਆਰਾਮ ਵੀ ਕਰ ਸਕਦੇ ਹੋ। ਲਿਸਟ 'ਚ ਅਗਲਾ ਨਾਮ ਹੈ ਜੀ ਅੰਡਾਮਾਨ ਐਂਡ ਨਿਕੋਬਾਰ ਆਈਲੈਂਡਸ ਦਾ। ਉੱਚੇ ਖਜੂਰ ਦੇ ਦਰਖਤ, ਚਿੱਟੀ ਰੇਡ ਦੇ ਲੰਬੇ ਹਿੱਸੇ, ਕ੍ਰਿਸਟਲ ਸਾਫ਼ ਪੰਨੇ ਦੇ ਪਾਣੀ ਅਤੇ ਕੋਰਲ ਰੀਫਸ, ਨਹੀਂ ਅਸੀਂ ਆਸਟ੍ਰੇਲੀਆ ਜਾਂ ਮਾਲਦੀਵਸ ਬਾਰੇ ਗੱਲ ਨਹੀਂ ਕਰ ਰਹੇ ਹਾਂ, ਇਹ ਅੰਡਾਮਾਨ ਹੈ, ਭਾਰਤ ਦੇ ਸਭ ਤੋਂ ਵਧੀਆ ਬੀਚਾਂ ਵਿੱਚੋਂ ਇੱਕ। ਅੰਡਾਮਾਨ ਦੇ ਹਾਵਲੋਕ ਟਾਪੂ ਵਿੱਚ ਰਾਧਾਨਗਰ ਬੀਚ ਤੱਕ ਪਹੁੰਚਣ ਲਈ ਸਮੁੰਦਰੀ ਪਾਣੀਆਂ ਰਾਹੀਂ ਕਰੂਜ਼ ਕਰੋ। ਜੇਕਰ ਤੁਸੀਂ ਆਪਣੇ ਗੈਂਗ ਦੇ ਨਾਲ ਸ਼ਹਿਰ ਦੀ ਹਲਚਲ ਤੋਂ ਆਪਣੇ ਆਪ ਨੂੰ ਵੱਖ ਕਰਨਾ ਚਾਹੁੰਦੇ ਹੋ ਤਾਂ ਘੱਟੋ ਘੱਟ ਇੱਕ ਵਾਰ ਇਸ ਬੀਚ 'ਤੇ ਜ਼ਰੂਰ ਜਾਓ। ਇਸ ਤੋਂ ਇਲਾਵਾ ਇੱਥੇ ਵਾਟਰ ਸਪੋਰਟਸ ਸੈਂਟਰ ਸੈਲਾਨੀਆਂ ਨੂੰ ਸਨੋਕਲਿੰਗ, ਸਕੂਬਾ ਡਾਈਵਿੰਗ ਅਤੇ ਕਿਸ਼ਤੀਆਂ ਨੂੰ ਸਸਤੇ ਭਾਅ 'ਤੇ ਕਿਰਾਏ 'ਤੇ ਲੈਣ ਦਾ ਮੌਕਾ ਦਿੰਦਾ ਹੈ। ਲਿਸਟ 'ਚ ਅਗਲਾ ਨਾਮ ਹੈ ਜੀ ਕੌਕ ਦਾ। ਸੀਕ੍ਰੇਟ ਗਰੁੱਪਸ, ਕੌਫੀ ਬੀਨਸ ਦੀ ਮਹਿਕ, ਹਰੇ ਭਰੇ ਜੰਗਲ ਅਤੇ ਸ਼ਕਤੀਸ਼ਾਲੀ ਪਹਾੜੀਆਂ, ਤੁਸੀਂ ਇਹ ਸਭ ਕਰਨਾਟਕ ਦੇ ਕੌਗ ਵਿਖੇ ਅਨੁਭਵ ਕਰ ਸਕਦੇ ਹੋ। ਪਹਾੜਾਂ ਦੇ ਵਿਚਕਾਰ ਬਹੁਤ ਸਾਰੇ ਅਨਕਨਵੈਂਸ਼ਨਲ ਜੰਗਲ ਕੈਂਪ ਹਨ, ਜਿਵੇਂ ਕਿ ਕੌਗ ਪਲਾਂਟਸ ਕੈਂਪ, ਜਿੱਥੇ ਤੁਸੀਂ ਅਤੇ ਤੁਹਾਡੀਆਂ ਗਰਲਫ੍ਰੈਂਡਸ ਕੁਝ ਸਮੇਂ ਲਈ ਕੌਗ ਦੇ ਮਸ਼ਹੂਰ ਕੌਫੀ ਅਤੇ ਇਲਾਇਚੀ ਦੇ ਬਾਗਾਂ ਦੇ ਵਿਚਕਾਰ ਰਹਿ ਸਕਦੇ ਹੋ। ਤੁਸੀਂ ਬਾਰਾਪੋਲ ਨਦੀ ਰਾਹੀਂ ਗਰਜਦੀਆਂ ਕਰੰਟਾਂ ਦਾ ਵੀ ਅਨੁਭਵ ਕਰ ਸਕਦੇ ਹੋ ਅਤੇ ਤੁਹਾਡੇ ਸਰੀਰ ਵਿੱਚ ਐਡਰੀਨਲਿਨ ਦੀ ਤੇਜ਼ ਰਫ਼ਤਾਰ ਨੂੰ ਮਹਿਸੂਸ ਕਰ ਸਕਦੇ ਹੋ। ਲਿਸਟ 'ਚ ਅਗਲਾ ਨਾਮ ਹੈ ਜੀ ਮਿਜ਼ੋਰਮ ਦਾ। ਉੱਤਰ ਪੂਰਬੀ ਭਾਰਤ ਦੇ ਦੱਖਣੀ ਸਿਰੇ 'ਤੇ ਰੰਗੀਨ ਰਾਜ ਤੁਹਾਡੀਆਂ ਕੁੜੀਆਂ ਦੀ ਯਾਤਰਾ ਲਈ ਇੱਕ ਸ਼ਾਨਦਾਰ ਸਥਾਨ ਹੋ ਸਕਦਾ ਹੈ। ਮਿਜ਼ੋਰਮ ਦੇ ਰੇਕ ਤਲਾਂਗ ਵਿਖੇ ਇੱਕ ਪਾਸੇ ਸੁਨਹਿਰੀ ਘਾਹ ਦੇ ਨਾਲ ਹਿਲਦੀ ਘੜੀ ਚੱਟਾਨ ਅਤੇ ਦੂਜੇ ਪਾਸੇ ਕੁਆਰੀ ਜੰਗਲ ਤੁਹਾਡੀ ਰੂਹ ਨੂੰ ਮੋਹ ਲੈਣਗੇ। ਜੇ ਤੁਹਾਡੇ ਸਮੂਹ ਵਿੱਚ ਕੋਈ ਕਿਤਾਬੀ ਕੀੜਾ ਹੈ ਤਾਂ ਉਹ ਯਕੀਨੀ ਤੌਰ 'ਤੇ ਆਈਜ਼ੋਲ ਵਿਖੇ ਸੜਕ ਦੇ ਕਿਨਾਰੇ ਦੀ ਸੁੰਦਰ ਲਾਇਬ੍ਰੇਰੀ ਦੁਆਰਾ ਪ੍ਰਭਾਵਿਤ ਕੀਤਾ ਜਾਵੇਗਾ। ਮਿਜ਼ੋਰਮ ਸਿਰਫ ਇੱਕ ਸੁੰਦਰ ਮੰਜ਼ਿਲ ਹੀ ਨਹੀਂ ਹੈ, ਇੱਥੋਂ ਦੇ ਲੋਕ ਵੀ ਵੈਲਕਮਿੰਗ ਨੇ। ਲਿਸਟ 'ਚ ਅਗਲਾ ਨਾਮ ਹੈ ਜੀ ਹੰਪੀ ਦਾ। ਕਿ ਤੁਸੀਂ ਸਾਰੇ ਇਤਿਹਾਸ ਦੇ ਪ੍ਰੇਮੀ ਹੋ ਅਤੇ ਤੁਹਾਨੂੰ ਪੁਰਾਣੇ ਯੁੱਗ ਦੀਆਂ ਚੀਜ਼ਾਂ ਨਾਲ ਪਿਆਰ ਹੈ, ਫਿਰ ਕਰਨਾਟਕ ਵਿੱਚ ਹੰਪੀ ਤੁਹਾਡੀ ਜਾਣ ਵਾਲੀ ਥਾਂ ਜ਼ਰੂਰ ਹੈ। ਹੰਪੀ ਪਿੰਡ ਵਿੱਚ ਵਿਜੇਨਗਰ ਸਾਮਰਾਜ ਦੇ ਬਹੁਤ ਸਾਰੇ ਇਤਿਹਾਸਕ ਮੰਦਰ ਅਤੇ ਆਰਕੀਟੈਕਚਰ ਹਨ ਅਤੇ ਉਹਨਾਂ ਦੀ ਸੁੰਦਰਤਾ ਤੁਹਾਨੂੰ ਪੂਰੀ ਤਰ੍ਹਾਂ ਨਾਲ ਮਨਮੋਹਿਤ ਕਰੇਗੀ। ਹੰਪੀ ਬਾਜ਼ਾਰ ਦੇ ਨੇੜੇ
तुंगभद्र नदी के कंडे 7वीं सदी का शानदार विरूपक्षा मंदिर स्थित है। हम्पी के न्यूयॉर्क टाइम्स की जान लई स्थानों की सूची विच भी दूजा स्थान हासिल किया है। लिस्ट लास्ट नाम है जी जयपुर का। जेकर तुहाडी गर्ल गैंग रवायती स्टाइल लई आकर्षित है तो जयपुर का बापू बाजार और जौहरी बाजार सुंदर दुपट्टिया चांदी ते चांदी दे गहणियां लई नस्ली पहरावे अते कई तरह दियां स्टाइलिश जुतियां लई तुहाडी सूची विच होने चाहिए हैं। नाल ही कि तुसी जानदे हो कि जयपुर हुण दुनिया दे 50 सब तो खूबसूरत शहरां विचों शामिल है। पिंक सिटी जयपुर बहुत सारे शानदार किले, शानदार महल अते शानदार मंदिरां दा घर है। ये इतिहासिक आर्किटेक्चर जयपुर के जीवंत सभ्याचार के नाल दुनिया भर के सैलानियों को आकर्षित करते हैं। भावें 300 साल पुराना हवा महल होवे, शानदार आमेर किला होवे, सिटी पैलेस का नागरगढ़ किला, शहर के अंदर हर जगह तुहानू हैरान कर देवेगी। इस तो अलावा जयपुर विखे तुसी सिर्फ औरतों द्वारा चलाए गए गुलाबी ई रिक्शा से सवार हो सकते हो। इहो जिही होर इंटरेस्टिंग चीज़ां लई जुड़े रहो साडे चैनल दे नाल। एंड डू नॉट फोरगेट टू लाइक, कमेंट, सबसक्राइब एंड शेयर। सत श्री अकाल।